ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਸ਼ੋਅ ਅੱਜ ਦਾ ਮੁੱਦਾ ਯੂਕੇ ਅਤੇ ਯੂਰਪ ਦੇ ਵਿੱਚ ਵੱਸਦੇ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਰੋਜ਼ਾਨਾ ਦੀ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਔਰ ਉਹਨਾਂ ਗੰਭੀਰ ਮਸਲਿਆਂ ਦੇ ਉੱਤੇ ਉਹਨਾਂ ਇਸ਼ੂਜ਼ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਜੋ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਗੰਭੀਰ ਮਸਲੇ ਬਣੇ ਹਨ ਔਰ ਜਦ ਅਸੀਂ ਗੰਭੀਰ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਚਾਹੇ ਉਹ ਸਮਾਜਿਕ ਹੋਣ ਧਾਰਮਿਕ ਹੋਣ ਜਾਂ ਫਿਰ ਰਾਜਨੀਤਿਕ ਹੋਣ ਕੋਸ਼ਿਸ਼ ਸਾਡੀ ਹੁੰਦੀ ਹੈ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਔਰ ਰੋਜ਼ਾਨਾ ਦੀ ਤਰ੍ਹਾਂ ਤੁਸੀਂ ਸਾਨੂੰ ਸਹਿਯੋਗ ਕਰਦੇ ਹੋ ਸਾਨੂੰ ਫੋਨ ਕਾਲਸ ਕਰਦੇ ਹੋ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਹੋ ਅੱਜ ਵੀ ਅਸੀਂ ਮੁੱਦੇ ਦੇ ਵਿੱਚ ਇੱਕ ਇਹਨੂੰ ਮੈਂ ਮਸਲਾ ਨਹੀਂ ਕਹਾਂਗਾ ਮੈਂ ਇਹਨੂੰ ਜਿੱਤ ਕਹਾਂਗਾ ਇਹਨੂੰ ਮੈਂ ਵਿਕਟਰੀ ਕਹਾਂਗਾ ਔਰ ਜਦ ਵਿਕਟਰੀ ਹੁੰਦੀ ਹੈ ਤਾਂ ਬਹੁਤ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਔਰ ਜਦ ਅਸੀਂ ਕਹਿੰਦੇ ਹਾਂ ਕਿ ਦੇਖੋ ਇੰਨੇ ਮਸਲੇ ਹੋ ਗਏ ਕੁਛ ਨਹੀਂ ਹੋ ਸਕਦਾ ਲੇਕਿਨ ਕਈ ਜਥੇਬੰਦੀਆਂ ਹਨ ਜਿਨ੍ਹਾਂ ਦੀ ਮੈਂ ਅੱਜ ਸ਼ਲਾਘਾ ਕਰਾਂਗਾ ਔਰ ਮੈਂ ਕਹਾਂਗਾ ਯੂ ਆਰ ਡੂਇੰਗ ਵੈਰੀ ਗੁੱਡ ਫੋਰ ਦੀ ਕਮਿਊਨਿਟੀ ਔਰ ਸਿੱਖਾਂ ਦਾ ਮਾਣ ਤੁਸੀਂ ਵਧਾ ਰਹੇ ਹੋ ਅੱਜ ਦਾ ਮੁੱਦਾ ਖਾਸ ਤੌਰ 'ਤੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਵੱਸਦੇ ਸਾਰੇ ਵਿਊਅਰਸ ਲਈ ਮੈਂ ਲੈ ਕੇ ਆਇਆ ਬਹੁਤ ਮਾਣ ਮਹਿਸੂਸ ਹੋਇਆ ਔਰ ਬਹੁਤ ਹੀ ਖੁਸ਼ੀ ਹੋਈ ਜਦ ਮੈਂ ਕੱਲ੍ਹ ਇਸ ਬਾਰੇ ਪੜ੍ਹਿਆ ਅਤੇ ਮੈਂ ਕਿਹਾ ਹੋਰ ਕੋਈ ਮਸਲੇ ਕਰਨੇ ਹੀ ਨਹੀਂ ਲੈਟਸ ਟਾਕ ਔਨ ਦਿਸ ਔਰ ਇਸ ਗੱਲ ਨੂੰ ਆਪਾਂ ਆਲ ਓਵਰ ਵਰਲਡ ਦੇ ਵਿੱਚ ਕਿਵੇਂ ਇਹਦੀ ਜਿਹੜੀ ਆਈਡੈਂਟੀ ਹੈ ਉਹ ਕਰਵਾ ਸਕਦੇ ਹਾਂ ਜਾਂ ਫਿਰ ਆਲ ਓਵਰ ਦ ਵਰਲਡ ਦੇ ਵਿੱਚ ਇਸ ਬਾਰੇ ਡਾਇਲੋਗ ਕਦ ਸੁਣਨ ਨੂੰ ਮਿਲੇਗਾ ਅਤੇ ਰਾਤ ਨੂੰ ਹੀ ਮਨ ਬਣਾ ਲਿਆ ਸੀ ਕਿ ਅੱਜ ਅਸੀਂ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਸਾਡੀ ਟੀਮ ਨੇ ਵੀ ਇਸ ਮੁਤਲਕ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਦਾ ਫਿਊਚਰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਔਰ ਫਿਊਚਰ ਕੀ ਹੋ ਸਕਦਾ ਕਈ ਗੈਸਟ ਅੱਜ ਮੇਰੇ ਨਾਲ ਜੁੜਨਗੇ ਵੱਖ ਵੱਖ ਦੇਸ਼ਾਂ ਦੇ ਵਿੱਚ ਉਹ ਰਹਿੰਦੇ ਨੇ ਵੱਖ ਵੱਖ ਮੁਲਕਾਂ ਦੇ ਵਿੱਚ ਉਹ ਰਹਿੰਦੇ ਨੇ ਉੱਥੇ ਉਹ ਸਿੱਖ ਕੌਮ ਦਾ ਝੰਡਾ ਬੁਲੰਦ ਕਰ ਰਹੇ ਨੇ ਅੱਜ ਮੈਂ ਉਹਨਾਂ ਨੂੰ ਵੀ ਜੋੜਾਂਗਾ ਇਸ ਮੁਤਲਕ ਜਦ ਅਸੀਂ ਕੁਝ ਅਚੀਵਮੈਂਟ ਜਾਂ ਫਿਰ ਸਾਨੂੰ ਕੋਈ ਐਕਸਟਰਾ ਆਰਡਨਰੀ ਕੰਮ ਕਰਕੇ ਕੋਈ ਸਾਨੂੰ ਅਚੀਵਮੈਂਟ ਮਿਲਦੀ ਹੈ ਤਾਂ ਸਾਨੂੰ ਬੜਾ ਹੀ ਅੱਛਾ ਲੱਗਦਾ ਅਗਰ ਮੈਂ ਤੁਹਾਨੂੰ ਕਹਾਂ ਕਿ ਆਲ ਓਵਰ ਵਰਲਡ ਦੇ ਵਿੱਚ ਚਾਹੇ ਉਹ ਕੋਈ ਵੀ ਮੁਲਕ ਹੋਵੇ ਜਾਂ ਤੁਸੀਂ ਪੱਗ ਬਣ ਕੇ ਸੋਹਣੀ ਦਸਤਾਰ ਸਜਾ ਕੇ ਆਪਣੀ ਪੂਰੀ ਯੂਨੀਫਾਰਮ ਪਾ ਕੇ ਨਿਕਲਦੇ ਹੋ ਬਾਹਰ ਤਾਂ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਕੌਣ ਜਾ ਰਿਹਾ ਉਹ ਥਰਡ ਆਈ ਨਾਲ ਦੇਖਦੇ ਨੇ ਲੇਕਿਨ ਜਦ ਤੁਸੀਂ ਆਪਣੀ ਰਿਕੋਗਨੀਸ਼ਨ ਕਰਵਾਉਂਦੇ ਹੋ ਕਿ ਯੈਸ ਵੀ ਆਰ ਸਿੱਖ ਐਂਡ ਵੀ ਪ੍ਰਾਊਡ ਦੈਟ ਵੀ ਆਰ ਸਿੱਖ ਐਂਡ ਵੀ ਬਿਲੋਂਗ ਟੂ ਦਿਸ ਕਮਿਊਨਿਟੀ ਐਂਡ ਵੀ ਆਰ ਮੇਕਿੰਗ ਆਰ ਕਮਿਊਨਿਟੀ ਪ੍ਰਾਊਡ ਵਿਦ ਲਵ ਐਂਡ ਕਰੇਜ ਇਹ ਆਲ ਓਵਰ ਵਰਲਡ ਦੇ ਵਿੱਚ ਵੱਸਦੇ ਜਿਹੜੀ ਜਥੇਬੰਦੀਆਂ ਨੇ ਉਹਨਾਂ ਦਾ ਵੀ ਇਹ ਟੀਚਾ ਔਰ ਜਸ ਬ੍ਰੋਡਕਾਸਟਿੰਗ ਔਰ ਅੱਜ ਦਾ ਮੁੱਦਾ ਇਸੇ ਕਰਕੇ ਹੀ ਬਣਾਇਆ ਗਿਆ ਕਿ ਜੇਕਰ ਕੋਈ ਵਾਕਿਆ ਹੀ ਵਧੀਆ ਕੰਮ ਕਰ ਰਿਹਾ ਉਹ ਸਾਡੀ ਸੰਗਤ ਦੇ ਸਾਡੇ ਵਿਊਅਰਸ ਦੇ ਅੱਗੇ ਆਉਣਾ ਚਾਹੀਦਾ ਅੱਜ ਮੈਂ ਕਿਸੇ ਐਸੋਸੀਏਸ਼ਨ ਨਹੀਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਨਾ ਹੀ ਕੋਈ ਮੈਂ ਤੁਹਾਡੇ ਸਾਹਮਣੇ ਜਥੇਬੰਦੀ ਨੂੰ ਲੈ ਕੇ ਆ ਰਿਹਾ ਹਰ ਜਥੇਬੰਦੀ ਜਿਹੜੀ ਵੱਖ ਵੱਖ ਐਸੋਸੀਏਸ਼ਨਸ ਨੇ ਜਿਹੜਾ ਪੈਰਾ ਦੇ ਰਹੀ ਨੇ ਉਹ ਆਪਣੇ ਮਿਹਨਤ ਦੇ ਨਾਲ ਉਹ ਚਾਹੁੰਦੀਆਂ ਕਿ ਸਾਰਿਆਂ ਦਾ ਇਹੀ ਮਨ ਹੁੰਦਾ ਕਿ ਸਾਡੀ ਕੌਮ ਦਾ ਨਾਂ ਉੱਚਾ ਹੋਵੇ ਲੇਕਿਨ ਖੁਸ਼ੀ ਹੁੰਦੀ ਹੈ ਕਿ ਜਦ ਤੁਹਾਡੇ ਮੁਲਕ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਔਰ ਆਲ ਓਵਰ ਵਰਲਡ ਦੇ ਵਿੱਚ ਵੱਸਦੇ ਸਿੱਖਾਂ ਨੂੰ ਉਹ ਖੁਸ਼ੀ ਦਿੰਦੀ ਹੈ ਔਰ ਉਹਨਾਂ ਦਾ ਮਾਣ ਵਧਾਉਂਦੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਅੱਜ ਦੇ ਮੁੱਦੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਵਿਚਾਰ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਸਮੁੱਚੇ ਬ੍ਰਿਟੇਨ ਦੇ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਖੁਸ਼ਖਬਰੀ ਹੈ ਕਈ ਮੀਡੀਆ ਹਾਊਸਿਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੱਲ ਕੀਤੀ ਗਈ ਲੇਕਿਨ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਚਾਹੁੰਦੇ ਸੀਗੇ ਕਿ ਇਸ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਏ ਤਾਂ ਕਿ ਤੁਸੀਂ ਵੀ ਸਾਡਾ ਸਹਿਯੋਗ ਦਿਓ ਔਰ ਤੁਸੀਂ ਵੀ ਆਪਣੀ ਗੱਲ ਸਾਡੇ ਨਾਲ ਰੱਖੋ ਔਰ ਕੀ ਜ਼ਰੂਰਤ ਹੈਗੀ ਹੈ ਇਸ ਮੁਤਲਕ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਮਾਣ ਹੋਰ ਵਧੇ
ਮੁੱਦੇ ਦੇ ਵਿੱਚ ਅੱਜ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਸਿੱਖਾਂ ਨੂੰ ਧਰਮ ਦੀ ਬਜਾਏ ਵੱਖਰੀ ਜਾਤੀ ਵਜੋਂ ਕੀਤਾ ਜਾਣਾ ਚਾਹੀਦਾ ਹੈ ਸੂਚੀਬੰਧ। ਇਹ ਮੰਗ ਬ੍ਰਿਟੇਨ ਦੇ ਵਿੱਚ ਵੱਸਦੇ ਸਿੱਖ ਜਥੇਬੰਦੀਆਂ ਵੱਲੋਂ ਕਈ ਲੰਬੇ ਸਮੇਂ ਤੋਂ ਆ ਰਹੀਆਂ ਸਨ ਅਤੇ ਯੂਕੇ ਦੇ ਵਿੱਚ ਸਿੱਖਾਂ ਨੂੰ ਮੈਂ ਤੁਹਾਨੂੰ ਦੱਸ ਦੇਵਾਂ ਕਿ 2021 ਦੀ ਮਰਦਮਸ਼ੁਮਾਰੀ ਵਿੱਚ ਵੱਖਰੀ ਜਾਤੀ ਵਜੋਂ ਕੀਤਾ ਜਾਵੇਗਾ ਦਰਜ। ਸਿੱਖ ਧਰਮ ਨੂੰ ਪਹਿਲਾਂ ਹੀ ਮੰਨਿਆ ਗਿਆ ਹੈ ਵੱਖਰਾ ਧਰਮ, ਲੇਕਿਨ 2011 ਵਿੱਚ 83,000 ਸਿੱਖਾਂ ਨੇ ਜਾਤੀ ਸੰਬੰਧਾਂ ਦੀ ਚੋਣ ਕਰਨ ਤੋਂ ਇਨਕਾਰ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ ਧਰਮ ਤਾਂ ਹੈ ਇੱਕ ਵੱਖਰੀ ਜਾਤੀ ਵੀ ਹੈ, ਲੇਕਿਨ ਉਸ ਟਾਈਮ ਦੀ ਹਕੂਮਤ ਨੇ ਬਰਤਾਨੀਆ ਸਰਕਾਰ ਨੇ ਇਸ ਗੱਲ ਨੂੰ ਨਹੀਂ ਮੰਨਿਆ ਸੀਗਾ। ਲੇਕਿਨ ਬ੍ਰਿਟਿਸ਼ ਸਿੱਖ ਜਥੇਬੰਦੀਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ, ਜਿਸ ਕਰਕੇ 100 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਇਸ ਮੁੱਦੇ ਨੂੰ ਉਠਾਇਆ ਸੀ। ਯੂਕੇ ਸਟੈਟਿਸਟਿਕਸ ਅਥਾਰਟੀ ਦਾ ਕਹਿਣਾ ਕਿ ਇਹ ਇੱਕ ਵੱਡਾ ਕਦਮ ਹੈ, ਇਹ ਸਮੁਦਾਇ ਨੂੰ ਸਾਰੇ ਜਨਤਕ ਸੇਵਾਵਾਂ ਤੱਕ ਕਰੇਗਾ ਉਹਨਾਂ ਦੀ ਪਹੁੰਚ ਅਤੇ ਉਹਨਾਂ ਨੂੰ ਹਰ ਜਿਹੜੀ ਸਹੂਲਤਾਂ ਨੇ ਉਹ ਪ੍ਰਦਾਨ ਹੋਣਗੀਆਂ ਅਤੇ ਬ੍ਰਿਟਿਸ਼ ਸਰਕਾਰ ਸਿੱਖਾਂ ਦੀ ਪਹਿਚਾਣ ਅਤੇ ਮਹੱਤਤਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਸਵਾਲ ਇਹ ਬਣਦਾ ਕਿ ਯੂਕੇ ਦੇ ਵਿੱਚ ਹੁਣ ਤੁਸੀਂ ਸਾਡਾ ਮਾਣ ਵਧਾਇਆ ਅਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਸੰਘਰਸ਼ ਕੀਤਾ, ਸਭ ਤੋਂ ਪਹਿਲਾਂ ਤਾਂ ਜਸ ਬ੍ਰੋਡਕਾਸਟਿੰਗ ਦੀ ਟੀਮ ਅਤੇ ਅੱਜ ਦੇ ਮੁੱਦੇ ਦੇ ਜਿੰਨੀ ਵੀ ਟੀਮ ਹੈ, ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਜਿਹੜਾ ਕੇਸਰੀ ਝੰਡੇ ਨੂੰ ਬੁਲੰਦ ਕਰਨ ਦੇ ਵਿੱਚ ਲੱਗੇ ਹੋਏ ਹੋ, ਚਾਹੇ ਉਹ ਕੋਈ ਵੀ ਜਮਾਤਾਂ ਹੋਣ, ਕੋਈ ਵੀ ਐਸੋਸੀਏਸ਼ਨ ਹੋਏ, ਅਸੀਂ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਕਿ ਹੁਣ ਸਾਨੂੰ ਮਜ਼ਾ ਆ ਰਿਹਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਪੋਜ਼ਿਟਿਵ ਗੱਲ ਹੋ ਰਹੀ ਹੈ, ਇੱਕ ਡਾਇਲੋਗ ਹੋ ਰਿਹਾ ਜਿਸ ਨੂੰ ਲੈ ਕੇ ਬਹੁਤ ਦਿਲ ਖੁਸ਼ ਹੋਇਆ। ਅੱਜ ਇਸੀ ਮੁੱਦੇ ਮੁਤਲਕ ਮੈਂ ਵੱਖ ਵੱਖ ਮੁਲਕਾਂ ਤੋਂ ਜਿਹੜੀ ਨੁਮਾਇੰਦਗੀ ਕਰਦੇ ਨੇ ਵੱਖ ਵੱਖ ਜਮਾਤਾਂ ਦੀ, ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗਾ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕੀ ਹੁਣ ਉਹ ਆਪਣੇ ਮੁਲਕ ਦੇ ਵਿੱਚ, ਚਾਹੇ ਉਹ ਕੈਨੇਡਾ ਹੋਏ ਚਾਹੇ ਉਹ ਅਮੈਰੀਕਾ ਹੋਏ, ਕੀ ਪ੍ਰਯਾਸ ਕਰ ਰਹੇ ਹਨ ਔਰ ਇਸ ਮੁਤਲਕ ਉਹ ਕੀ ਕੁਝ ਯੋਗਦਾਨ ਪਾ ਰਹੇ ਹਨ ਤਾਂ ਕਿ ਇਸ ਬਾਰੇ ਵਿਚਾਰ ਵਟਾਂਦਰਾ ਹੋ ਸਕੇ। ਅਗਰ ਤੁਸੀਂ ਵੀ ਕਿਸੇ ਐਸੋਸੀਏਸ਼ਨ ਦੇ, ਕਿਸੇ ਜਥੇਬੰਦੀ ਦੇ ਜਾਂ ਫਿਰ ਐਜ਼ ਐਨ ਇੰਡੀਵਿਜੂਅਲ ਤੁਸੀਂ ਤੁਹਾਨੂੰ ਲੱਗਦਾ ਕਿ ਵਾਕਈ ਹੀ ਇਹ ਇੱਕ ਮਾਣ ਵਧਾਉਣ ਵਾਲੀ ਗੱਲ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੈਂ ਵੇਖ ਪਾ ਰਿਹਾ ਕਿ ਮੈਨੂੰ ਕਾਲਾਂ ਆਉਣੀ ਸ਼ੁਰੂ ਹੋ ਗਈਆਂ, ਲੇਕਿਨ ਮੈਂ ਆਪਣੇ ਦਰਸ਼ਕਾਂ ਨੂੰ ਦਰਖਵਾਸਤ ਕਰਾਂਗਾ ਕਿ ਤੁਸੀਂ ਹੋਲਡ ਦੇ ਵਿੱਚ, ਮੈਂ ਤੁਹਾਡੀ ਲਾਈਨਾਂ ਨੂੰ ਪਾ ਰਿਹਾ, ਫੋਨ ਨੂੰ ਕੱਟਿਓ ਨਾ, ਮੈਂ ਜ਼ਰੂਰ ਤੁਹਾਡੀ ਕਾਲਾਂ ਲਵਾਂਗਾ ਔਰ ਕਾਲ ਤੋਂ ਬਾਅਦ ਮੈਂ ਗੈਸਟਾਂ ਨੂੰ ਵੀ ਜੋੜਾਂਗਾ ਅਤੇ ਨਾਲ ਕਾਲਸ ਵੀ ਲੈਂਦੇ ਰਵਾਂਗੇ। ਆਪਣੇ ਫੋਨ ਕਾਲਸ ਨੂੰ ਨਾ ਕੱਟਿਓ ਔਰ ਜੇਕਰ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਇਸ ਮਤਲਬ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਰੁਕ ਰਿਹਾ, ਵਕਫੇ ਤੋਂ ਬਾਅਦ ਅਸੀਂ ਅੱਜ ਕਰਾਂਗੇ ਇਸ ਮੁਤਲਕ ਵਿਚਾਰ ਵਟਾਂਦਰਾ।